ਟਾਂਡਾ ਦੇ ਮਾਡਲ ਟਾਊਨ ਇਲਾਕੇ ਵਿੱਚ ਉਦੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਖੇਤਾਂ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਉਧਰ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਵਾਸੀ ਮਜ਼ਦੂਰ ਦੀ ਲਾਸ਼ ਤੇ ਤੇਜ਼ ਧਾਰ ਹਥਿਆਰ ਨਾਲ ਕੀਤੇ ਵਾਰਾਂ ਦੇ ਨਿਸ਼ਾਨ ਨੇ। ਤੇ ਮੇਰਾ ਐਸ ਐਚ ਓ ਆਇਆ ਮੌਕੇ 'ਤੇ, ਮੈਂ ਪਹੁੰਚਿਆ, ਆ ਕੇ ਦੇਖਿਆ ਕਿ ਇੱਥੇ ਇੱਕ ਝਾਰਖੰਡ ਦਾ ਹੈ, ਉਮਰ ਉਹਦੀ 40-45 ਸਾਲ ਹੈ, ਅਤੇ ਉਹਦੀ ਡੈੱਡ ਬੋਡੀ ਪਈ ਹੈ ਇੱਥੇ, ਅਤੇ ਕਈ ਧਾਰ ਹਥਿਆਰਾਂ ਦੇ ਨਾਲ ਸਿਰ 3-4 ਵਾਰ ਜਿਹਦੇ ਕਰਕੇ ਲੱਗਦਾ ਕਿ ਸਾਨੂੰ ਕਈ ਧਾਰ ਹਥਿਆਰਾਂ। ਬਾਕੀ ਤਫਤੀਸ਼ ਜਾਰੀ ਹੈ ਸਾਡੀ, ਹੋਪਫੁਲੀ ਅਸੀਂ ਜਲਦੀ ਜਿਹੜੇ ਦੋਸ਼ੀ ਅਰੈਸਟ ਕਰ। ਥੈਂਕ ਯੂ।